ਨਿੱਕੇ ਸਿੱਧੂ ਦੇ ਜਨਮ ਹੋਏ ਨੂੰ ਲਗਭਗ ਡੇਢ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਸਿੱਧੂ ਮੂਸੇਵਾਲ ਦੇ ਮਾਪੇ ਪਹਿਲੀ ਵਾਰ ਨਿੱਕੇ ਸਿੱਧੂ ਨੂੰ ਸਾਹਮਣੇ ਲੈ ਕੇ ਆਏ ਹਨ। ਚੈਨਲ ਦਾ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਮਾਤਾ ਚਰਨ ਕੌਰ ਨੇ ਦੱਸਿਆ ਕਿ ਜਦੋਂ ਵੱਡੇ ਸਿੱਧੂ ਦਾ ਜਨਮ ਹੋਇਆ ਸੀ ਤਾਂ ਮੈਨੂੰ ਉਸ ਟਾਈਮ ਵੀ ਇੰਨੀ ਹੀ ਖੁਸ਼ੀ ਹੋਈ ਸੀ ਜਿੰਨੇ ਨਿੱਕੇ ਸਿੱਧੂ ਦੇ ਜਨਮ ਲੈਣ 'ਤੇ ਹੋਈ ਹੈ, ਪਰ ਇਸ ਵਾਰ ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਵੱਡਾ ਸਿੱਧੂ ਵਾਪਸ ਆ ਗਿਆ ਹੋਵੇ। ਮਾਤਾ ਚਰਨ ਕੌਰ ਨੇ ਦੱਸਿਆ ਕਿ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਲੋਕਾਂ ਨੇ ਨਿੱਕੇ ਸਿੱਧੂ ਦੇ ਆਉਣ ਦੀ ਬਹੁਤ ਖੁਸ਼ੀ ਮਨਾਈ, ਅਤੇ ਨਾਲ ਹੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਜਾਣ ਦਾ ਦੁੱਖ ਵੀ ਸਾਰੇ ਲੋਕਾਂ ਨੇ ਬਹੁਤ ਮਨਾਇਆ ਸੀ, ਜਿਸ ਨਾਲ ਸਾਨੂੰ ਵੀ ਸਕੂਨ ਮਿਲਦਾ ਹੈ ਕਿ ਸਾਡਾ ਇਕੱਲਿਆਂ ਦਾ ਬੱਚਾ ਨਹੀਂ ਗਿਆ, ਉਹ ਸਾਰੀ ਦੁਨੀਆ ਦਾ ਪੁੱਤ ਸੀ। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਦੱਸਿਆ ਕਿ ਪਹਿਲਾਂ ਅਸੀਂ ਸਾਰਾ ਦਿਨ ਗਮ ਵਿੱਚ ਡੁੱਬੇ ਰਹਿੰਦੇ ਸੀ, ਪਰ ਹੁਣ ਨਿੱਕੇ ਸਿੱਧੂ ਦੇ ਆਉਣ ਨਾਲ ਅਸੀਂ ਬਿਜੀ ਹੋ ਗਏ ਹਾਂ ਅਤੇ ਇਸ ਦੇ ਨਾਲ ਹੀ ਸਾਰਾ ਦਿਨ ਬਤੀਤ ਹੋ ਜਾਂਦਾ ਹੈ। ਜਦੋਂ ਬਾਪੂ ਬਲਕੌਰ ਸਿੰਘ ਨੂੰ ਨਿੱਕੇ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਮਰ ਦੇ ਹਿਸਾਬ ਨਾਲ ਬੱਚੇ ਨੂੰ ਜਨਮ ਦੇਣਾ ਬਹੁਤ ਮੁਸ਼ਕਲ ਸੀ, ਪਰ ਸਾਡੇ ਕੋਲ ਹੋਰ ਕੋਈ ਹੱਲ ਵੀ ਨਹੀਂ ਸੀ। ਬਲਕੌਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਰਮਾਤਮਾ ਨੇ ਸਾਨੂੰ ਫਿਰ ਪੁੱਤਰ ਦੀ ਦਾਤ ਬਖਸ਼ੀ ਹੈ, ਪਰ ਜੋ ਮੈਂ ਗਵਾਇਆ ਉਹ ਨੁਕਸਾਨ ਬਹੁਤ ਵੱਡਾ ਸੀ। ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਜਦੋਂ ਮੈਂ ਸਾਰੀਆਂ ਮੋਟਰਾਂ, ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾਈ ਤਾਂ ਮੈਨੂੰ ਬਹੁਤ ਦੁੱਖ ਲੱਗਿਆ। ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਪਹਿਲਾਂ ਜ਼ਾਲਮਾਂ ਨੇ ਸਿੱਧੂ ਨੂੰ ਮਾਰਿਆ ਸੀ ਅਤੇ ਹੁਣ ਮੈਂ ਆਪਣੇ ਹੱਥੀਂ ਮਾਰ ਰਿਹਾ ਹਾਂ। ਬਾਕੀ ਦੋਸਤੋ, ਤੁਸੀਂ ਵੀ ਇਹ ਪੂਰੀ ਇੰਟਰਵਿਊ ਦਾ ਇੰਡੀਅਨ ਐਕਸਪ੍ਰੈਸ ਚੈਨਲ 'ਤੇ ਦੇਖ ਸਕਦੇ ਹੋ।